ਤੁਸੀਂ ਲਾਗੇ ਹੋ ਕੇ ਦੇਖ ਸਕਦੇ ਇਹ ਇਹ ਉਹ ਹੁੰਦੇ ਆ ਜਿਹੜੇ ਪ੍ਰਾਈਵੇਟ ਨੂੰ ਇੱਧਰ ਪਹਿਲਾਂ ਹੀ ਮੌਕਾ ਮਿਲਿਆ ਨਹੀਂ ਤਾਂ ਸਿਟੀ 'ਚ ਹੀ ਜ਼ਿਆਦਾਤਰ ਘੁੰਮੀਦਾ ਵਾ। 21 ਨੰਬਰ ਵਾਲਾ ਹੈ ਉਹ ਨਾ ਰੂਟ ਉਹ ਨਾ ਰੂਟ ਫੋਲੋ ਕਰਿਓ, ਉਹ ਸਹੀ ਨਹੀਂ ਹੈਗਾ, ਸਹੀ ਨਹੀਂ ਹੈਗਾ। ਇੱਥੇ ਜੇਕਰ ਤੁਸੀਂ ਆਉਣਾ ਹੈ ਨਾ ਤੇ 43 and 44A ਬੱਸ ਲੈ ਕੇ ਇੱਥੇ ਆ ਸਕਦੇ। ਹੋਰ ਕਿਹੜੀਆਂ ਕਿਹੜੀਆਂ ਪਲੇਸ ਨੌਰਵਿਚ ਦੇ ਵਿੱਚ ਹੈਗੀਆਂ ਨੇ ਉਹਦੀ ਕਮੈਂਟ ਜ਼ਰੂਰ ਕਰਿਓ ਕਿ ਤੁਸੀਂ ਇੱਥੇ ਵੀ ਜਾਓ। ਪੂਰੇ ਓਪਨ ਕਰਕੇ ਰੱਖੇ ਹੋਏ ਨੇ, ਪੂਰੇ ਤੋਂ ਪੂਰੇ ਓਪਨ ਕਰਕੇ ਰੱਖੇ ਹੋਏ ਨੇ। ਮੈਨੂੰ ਤਾਂ ਆਪ ਨਹੀਂ ਪਤਾ ਇਹਨਾਂ ਨੂੰ, ਆ ਜਿਹਨੇ ਇਕੱਲੇ ਇਕੱਲੇ ਨੇ ਜਾਣਾ ਹੋਵੇ ਘੁੰਮਣ ਲਈ। ਹਾਂ ਮੇਬੀ, ਹਾਂ ਇਹ ਉਹੀ ਜਹਾਜ਼ ਆ। ਨਹੀਂ ਹੈ ਵੀ ਦੋ ਜਾਣੇ ਅੱਗੇ ਦੋ ਜਾਣੇ ਪਿੱਛੇ ਬਹਿ ਸਕਦੇ ਆ। ਹਾਂ ਬਹਿ ਸਕਦੇ ਨੇ, ਬਟ ਇੱਥੇ ਵਿੰਗ ਲੱਗੇ ਹੁੰਦੇ ਨੇ ਉਹ ਇਹਨਾਂ ਨੇ ਕੱਢ ਲਏ ਆ ਪਾਰਟ, ਉਹ ਅੰਦਰ ਰੱਖੇ ਹੋਣਗੇ। ਹਾਂ ਖਾਲੀ ਆ, ਸਟਰਕਚਰ ਹੀ ਆ ਸਾਰਾ ਇਹਦਾ, ਸਟਰਕਚਰ ਹੀ ਆ। ਬਟ ਤੁਸੀਂ ਲਾਗੇ ਹੋ ਕੇ ਦੇਖ ਸਕਦੇ ਇਹ ਇਹ ਉਹ ਹੁੰਦੇ ਆ ਜਿਹੜੇ ਪ੍ਰਾਈਵੇਟ ਜੈਟ ਹੁੰਦੇ ਨੇ। ਹਾਂ ਹੈਪੀ ਉਹ ਹੋ ਸਕਦੇ ਪਰਸਨਲੀ ਹਨਾ। ਇਸ ਵਿੱਚ ਤੁਸੀਂ ਅਗਰ ਕੋਈ ਟੌਪਿਕ ਪੜੋਗੇ ਤਾਂ ਉੱਥੇ ਕੋਈ ਪਿੰਡ ਹੈਗਾ ਵਾ ਜਿੰਨਾਂ ਕੋਲ ਪਰਸਨਲੀ ਜਹਾਜ਼ ਹੈਗੇ ਆ, ਉਹ ਇਹੀ ਜਹਾਜ਼ ਹੁੰਦੇ ਨੇ ਸਾਰੇ ਦੇ ਸਾਰੇ। ਆ ਦੇਖੋ ਇਹਦੇ ਵਿੰਗਸ ਕੱਢ ਕੇ ਉਹਨਾਂ ਨੇ ਅੰਦਰ ਰੱਖੇ ਹੋਏ, ਉਹ ਤਾਂ ਚਲੋ ਤੁਹਾਨੂੰ ਦਿਖਾਏ ਅਸੀਂ ਵਿੰਗਸ ਵਗੈਰਾ ਜਿਹੜੇ ਉਹਨਾਂ ਨੇ ਲੱਕੜ ਦੇ ਰੱਖੇ ਹੋਏ ਆ, ਇਹਦੀਆਂ ਲਾਈਟਸ ਵੀ ਜਗਦੀਆਂ। ਆ ਵੀ ਏਅਰ ਯੂਕੇ ਆ, ਕੱਢ ਕੇ ਰੱਖੀਆਂ ਇਹਨਾਂ ਨੇ। ਆ ਦੇਖੋ ਬਿਲਕੁਲ ਲੱਗ ਗਈ ਆ ਆਪਾਂ। ਆ ਦੇਖੋ ਅੰਦਰ ਸੀਟਸ ਵੀ ਹੈਗੀਆਂ ਜੀ, ਉਹ ਕਹਿੰਦਾ ਦੇਖੋ ਆਹ ਕਿਹੜਾ ਜਹਾਜ਼ ਆ, ਇਹ ਵੀ ਪੈਸੰਜਰ ਹੀ ਆ, ਏਅਰ ਯੂਕੇ। ਇਹ ਵੀ ਚੰਗੀ ਹਾਲਤ ਜੀ ਆ, ਖਟਿਆ ਟੂਰ ਨਾਲ। ਹਾਂ ਇਹ ਵੀ ਚੰਗੀ ਹਾਲਤ ਦੀ, ਚੰਗੀ ਹਾਲਤ ਜੀ ਆ, ਮਤਲਬ ਹੁਣ ਇਹ ਉੱਡਣੇ ਬੰਦ ਹੋ ਗਏ ਹੋਣਗੇ ਨਾ ਮੇਬੀ। ਇਹ ਐਰੋਪਲੇਨ ਆ, ਇਹ ਕਾਫੀ ਹੱਦ ਤੱਕ ਉੱਡਣੇ ਹੁਣ ਬੰਦ ਹੋ ਗਏ ਹੋਣਗੇ, ਉਦਾਂ ਨਹੀਂ ਤੇ। ਇਹ ਫਾਈਟਰ ਵਾਲਾ ਨਹੀਂ ਆ, ਫਾਈਟਰ ਵਾਲਾ ਨਹੀਂ ਹੈ, ਨਹੀਂ ਇਹ ਐਰੋਪਲੇਨ ਆ, ਇਹ ਬੰਦੇ ਲੈ ਕੇ ਜਾਣਾ ਵਾਲਾ, ਰਾਇਲ ਮੇਲ ਦਾ ਹੀ ਆ। ਰਾਇਲ ਮੇਲ ਫਿਰ ਬਹੁਤ ਵੱਡੀ ਕੰਪਨੀ ਹੋਈ ਜਾਣੀ ਕਿ ਇਹਦਾ ਮਤਲਬ ਆ। ਦੇਖੋ ਪਾਰਟਸ ਦੇ ਆਹ ਕੌਣ ਆਪਣੇ ਵਿੱਚ ਬਹਿਣ ਦੀ ਤਿਆਰੀ 'ਚ ਬੈਠੀ ਆ ਕਿ ਕਿਹੜੇ ਵੇਲੇ ਮੈਂ ਇੰਡੀਆ ਕਿਸ ਕੇ ਜਾਂ। ਨਾ ਮਹਾ ਮਹਾ ਯੂਕੇ ਆਇਆ ਹੁਣ ਇੰਡੀਆ ਥੋੜ੍ਹੀ ਜਾਣਾ ਕਿੱਡੀ ਛੇਤੀ। ਬਿਲਕੁਲ ਪਾਰਟਸ ਜਾ ਜਾ ਆਪਾਂ ਖਿੜਕੀ ਵਾਲੀ ਸਾਈਡ ਤੇ ਹੀ ਆਏ ਸੀ ਬੈਠੇ। ਜਦੋਂ ਅਸੀਂ ਬੈਠੇ ਨਾ ਅਸੀਂ ਖਿੜਕੀ ਵਾਲੀ ਜਗ੍ਹਾ ਲਈ ਸੀ ਤੇ ਉਹਨਾਂ ਨੂੰ ਤੁਸੀਂ ਕਹਿ ਵੀ ਸਕਦੇ ਜੇ ਦੇਖਦੇ ਸਾਰਿਆਂ ਇਹ 96 ਵਿੱਚ ਬਣਿਆ। ਓਕੇ ਆ ਦੇਖੋ ਉਹ ਸਾਈਡ ਤੇ ਦੇਖੋਗੇ ਨਾ ਕੀ ਆ, ਇੱਕ ਜਹਾਜ਼ ਤੁਰਿਆ ਹੁੰਦਾ ਵਾ, ਮੈਨੂੰ ਤਾਂ ਦਿਖਦਾ ਪਿਆ, ਸ਼ਾਇਦ ਤੁਹਾਨੂੰ ਨਹੀਂ ਦਿਖਦਾ ਪਿਆ, ਉਧਰ 에ਅਰਪੋਰਟ ਵਾ ਬੈਕ ਸਾਈਡ ਤੇ, ਛੋਟੇ ਮੋਟੇ ਜਹਾਜ਼ ਦਿਖਦੇ ਪਏ ਨੇ ਤੇ ਆ ਦੇਖੋ ਆ ਜਹਾਜ਼ ਤੇ ਦਿਖਾ ਦਿਓ ਕਿਹੜੇ ਦਸਕਾਂ ਨੂੰ ਆ ਵਾਲਾ, ਇਹ ਕਿਹੜਾ ਜਹਾਜ਼ ਆ ਇਹ ਜਿੱਚ ਬੰਦੇ ਬਹਿ ਕੇ ਜਾਂਦੇ ਆ। ਹਾਂ ਆਪਾਂ ਇਦਾਂ ਵਾਲੇ ਜੀ ਆਏ ਸੀ, ਅਸੀਂ ਵੀ ਇਦਾਂ ਵਾਲੇ ਜੀ ਆਏ ਸੀ, ਬ੍ਰਿਟਿਸ਼ ਐਰੋਸਪੇਸ, ਬ੍ਰਿਟੇਨ ਮੋਸਟ ਸਕਸੈਸਫੁਲ 에ਅਰਲਾਈਨ। ਓਕੇ ਆ ਦੇਖੋ ਵੀ ਆ ਜਹਾਜ਼ ਤੇ ਹੈਪੀ ਟਾਇਲਟ ਸਰਵਿਸਿੰਗ,
ਯਾ ਓਏ ਉਹ ਹੁੰਦਾ ਨਾ ਕਲੀਨਰ ਵਾਸਤੇ, ਇੱਥੇ ਪੈਪ ਲਗਾਵਾਂਗੇ ਤੇ ਫਿਰ ਉਹ ਟਾਇਲਟਸ ਜੋ ਵੀ ਸਾਰਾ ਕੁਝ ਬਾਹਰ ਆ ਜਾਏਗਾ। ਹਾਂ ਬਸ ਇੱਦਾਂ ਤੁਹਾਨੂੰ ਪੈਪ ਅਟੈਚ ਕਰਨ ਦੀ ਲੋੜ ਆ, ਬਾਅਦ ਚੋਂ ਤੁਸੀਂ ਇਹਨੂੰ ਲੈ ਕੇ ਬਾਹਰ ਆ ਸਕਦੇ ਜੇ। ਚਲੋ ਮੇਰੇ ਤੁਹਾਨੂੰ ਦਿਖਾਈ ਦਿੱਤਾ ਸਾਰਾ ਕੁਛ ਤੇ ਹੁਣ ਅਸੀਂ ਆ ਦੇਖੋ ਇਹਦੇ ਜਿਹੜੇ ਜਹਾਜ਼ ਦੇ ਵਿੰਗਸ ਜਿਹੜੇ ਕੱਢੇ ਹੋਏ ਨੇ ਇਹਨਾਂ ਨੇ। ਛੋਟੇ ਹੋ ਗਏ ਬੰਦੇ ਨੂੰ ਸਾਰੇ ਲੜਾਕੂ ਜਹਾਜ਼ ਖਿਲਾਰੇ ਇਹਨਾਂ ਨੇ। ਮਤਲਬ ਕਿ ਇੱਕ ਅਨੋਖੇ ਜਹਾਜ਼ ਹੈਗੇ ਜਿਹੜੇ ਤੁਹਾਨੂੰ ਦੇਖਣ ਨੂੰ ਇੱਥੇ ਮਿਲਣਗੇ। ਇਹ ਫਾਈਟਰ ਮਿਊਜ਼ੀਅਮ ਐਕਚੁਅਲੀ। ਹਾਂ ਫਾਈਟਰ ਮਿਲਟਰੀ ਮਿਊਜ਼ੀਅਮ ਆ। ਮਿਲਟਰੀ ਮਿਊਜ਼ੀਅਮ ਹੈਗਾ ਵਾ। ਔਰ ਵੀਡੀਓ ਬਣਾਉਣ ਦੀ ਪਰਮਿਸ਼ਨ, ਗਾਣੇ ਬਣਾਉਣ ਦੀ ਵੀਡੀਓ, ਸਭ ਕੁਝ ਤਾਂ ਹੀ ਕਰ ਸਕਦੇ ਜੇ। ਵੇਖੋ ਮੈਨੂੰ ਤਾਂ ਦੇਖ ਕੇ ਬੜੀ ਹੈਰਾਨਗੀ ਹੁੰਦੀ ਹੈ, ਬਿਲਕੁਲ ਲੱਗੇ ਲੱਗੇ। ਦੇਖੋ ਜਹਾਜ਼ਾਂ ਬਾਰੇ ਪੂਰਾ ਕੋਈ ਨੌਲੇਜ ਵੀ ਦਿੱਤੀ ਹੈ। ਇਹ ਐਂਕਰ ਹੰਟਰ ਉੱਥੇ ਵੀ ਹੈਗਾ ਨਾ। ਆਹ ਦੇਖੋ ਆਹ ਦੇਖੋ ਆਹ ਸਾਰੇ ਜਹਾਜ਼ ਹੀ ਆ ਇੱਕ ਹਿਸਾਬ ਦੇ। ਮੈਨੂੰ ਤੇ ਆਹ ਸਭ ਤੋਂ ਜ਼ਿਆਦਾ ਪਸੰਦ ਆਇਆ। ਕਿਹੜਾ? ਆਹ ਵਾਲਾ? ਹਾਂ ਮੈਨੂੰ ਵੀ ਸੋਹਣਾ ਲੱਗਾ ਇਹ ਵਾਲਾ। ਪਰ ਇਹ ਕਿਸ ਜੀ ਕਿਹਦੇ ਕੰਮ ਆਉਂਦਾ ਹੋਊਗਾ ਇਹ ਨਹੀਂ ਸਾਨੂੰ ਪਤਾ। ਉੱਤੇ ਰਡਾਰ ਲੱਗੀ ਆ, ਕੁਛ ਹੈਗਾ ਵਾ। ਇਹ ਫਾਈਟਰ ਜਹਾਜ਼ ਹੀ ਆ ਇਹ। ਮੇ ਵੀ ਫਾਈਟਰ ਜਹਾਜ਼ ਹੋਊਗਾ, ਇਹ ਚ ਆਰਮੀ ਦੇ ਬੰਦੇ ਬਹਿ ਹੋਊਗੇ। ਹਾਂ ਕੁਛ ਇਦਾਂ ਦਾ ਹੁੰਦਾ ਹੋਊਗਾ। ਔਰ ਇਹਦੇ ਵਿੰਗ ਵੀ ਬਹੁਤ ਛੋਟੇ ਨੇ। ਆਹ ਵੇਖੋ ਆਹ ਜਿਹੜੇ ਵਿੰਗ ਨੇ ਬਹੁਤ ਛੋਟੇ ਨੇ। ਫਿਰ ਇੱਥੇ ਵੀ ਉਹਦਾ ਪਾਰ ਦਾ ਕੁਛ ਸਿਸਟਮ ਸਮਝ ਨਹੀਂ ਆਇਆ, ਬਟ ਇੰਨਾ ਹੈਵੀ ਲੋਹਾ ਕਿੱਦਾਂ ਹੁੰਦਾ ਹੁੰਦਾ ਇਹ ਨਹੀਂ ਸਮਝ ਆਇਆ। ਤੇ ਹੈਵੀ ਜਹਾਜ਼ ਹੈਵੀ ਹੁੰਦੇ। ਹਾਂ ਹੈਵੀ ਹੁੰਦੇ ਨੇ। ਵਾਇਰਸ ਤੱਕ ਦਿਖਦੀਆਂ ਪਈਆਂ ਨੇ, ਵਾਇਰਸ ਨੂੰ ਵੀ ਤੁਸੀਂ ਟੱਚ ਕਰਕੇ ਦੇਖ ਸਕਦੇ ਹੋ। ਓਕੇ
ਐਂਡ ਦੈਨ ਮਤਲਬ ਬੋਡੀ ਰੱਖੀਆਂ ਅਗਲੀਆਂ ਗਲੀਆਂ ਬੋਡੀਜ਼ ਰੱਖੀਆਂ ਉਹ ਅਗਰ ਉਹ ਜਿਹੜੀ ਇਹ ਸੌਰੀ ਮਜ਼ਾਈਲਾਂ ਵੀ ਆ ਉਹਦੇ ਵਿੱਚ ਫਿਊਲ ਟੈਂਕ ਹੀ ਰੱਖੀ ਉਹ ਸਾਰੇ ਫਿਊਲ ਟੈਂਕ ਵਾ ਮਤਲਬ ਬੰਬ ਵੀ ਹੋ ਸਕਦੇ ਫਿਊਲ ਟੈਂਕ ਵੀ ਹੋ ਸਕਦੇ ਸਾਨੂੰ ਐਗਜ਼ੈਕਟਲੀ ਨਹੀਂ ਪਤਾ ਦੇਖੋ ਇਹਦੇ ਵਿੱਚ ਪੂਰੇ ਦਾ ਪੂਰਾ ਸਟ੍ਰਕਚਰ ਦਿੱਤਾ ਆ ਆਹ ਮਾਈਕ੍ਰੋਫੋਨ ਹੈਪੀ ਪਲੀਜ਼ Jaguar blank engine intake SK jack okay cut here emergency dekho pure aircraft army do bande bende hai hamare ch do ek agge ek piche pure da pura dekho rescue yeah ਆ ਕੋ ਸੀਡੀ ਵੀ ਦਿੱਤੀ ਉਹਨਾਂ ਨੇ ਕਿ ਸੀਡੀ ਰਾਹੀਂ ਬੰਦਾ ਜਿਹੜਾ ਉੱਪਰ ਚੜਦਾ ਹੋਊਗਾ ਹਾਂ ਪੂਰੇ ਦਾ ਪੂਰਾ ਆ ਦੇਖੋ ਹੈਪੀ ਅੱਛਾ ਆ ਅੰਦਰ ਵਾ ਮਤਲਬ ਜਾ ਨਹੀਂ ਸਕਦੇ ਜਾ ਨਹੀਂ ਸਕਦੇ ਉੱਦਾਂ ਦੇਖ ਸਕਦੇ ਆ ਦੇਖੋ ਪੂਰਾ ਪੂਰਾ ਜਾ ਆ ਹੈਗਾ ਯਾ ਵਾਹ ਪੂਰਾ ਇੰਜਨ ਡੂ ਨੋ ਟੱਚ ਬਟ ਪਲੀਜ਼ ਟੇਕ ਅ ਪਿਕਚਰ ਵਿਦ ਥਿਸ ਡੂ ਨੋ ਰੈਂਟਰੀ ਆ ਦੇਖੋ ਇਸੇ ਬੰਦਾ ਬਹਿ ਕੇ ਰਿਤਿਕ ਰੋਸ਼ਨ ਉੜਦਾ ਸੀ ਆਹ ਥੱਲੇ ਇੰਜਨ ਵੀ ਹੈਪੀ ਆ ਵੇਖੋ ਹੈਪੀ ਕੀ ਕਿੱਦਾਂ ਮਤਲਬ ਇੱਕ ਸਾਰੀ ਉਹ ਇੱਕ ਕੀ ਕਹਿੰਦੇ ਹੁੰਦੇ ਇਲੈਕਟ੍ਰਿਕ ਵਾਲੀ ਚ ਬੈਂਦਾ ਬੰਦਾ ਯਾ ਸਭ ਕੁਝ ਉਹਦਾ ਹੀ ਹੁੰਦਾ ਪਾਰਟਸ ਮਤਲਬ ਇੱਕ ਡੇਂਜਰਸ ਏਰੀਆ ਹੀ ਡੇਂਜਰਸ ਹੀ ਹੈ ਸਭ ਕੁਝ ਤੇ ਉਹਨੂੰ ਹੈਂਡਲ ਕਰਨਾ ਓ ਮਾਈ ਗੋਡ ਉਹ ਵੀ ਇੰਨੀ ਜ਼ਿਆਦਾ ਸਪੀਡ ਦੇ ਵਿੱਚ ਇਹ ਉੜਦਾ ਵਾ ਬਹੁਤ ਬਹੁਤ ਜ਼ਿਆਦਾ ਆਹ ਦੇਖੋ ਕਿੰਨਾ ਕੁਝ ਇਹਦੇ ਵਿੱਚ ਕਿੰਨਾ ਹੈਵੀ ਹੋਵੇਗਾ ਇਹ ਦੇਖੋ ਏਅਰਕ੍ਰਾਫਟ ਕਿੰਨੇ ਹੈਵੀ ਆ ਉਹ ਦੇਖੋ ਸਭ ਨੇ ਹੈਪੀ ਹੈਪੀ ਮੈਨੂੰ ਦਿਖਾ ਤੇ ਦੋ ਮੈਂ ਲੱਗਣ ਕਿਦਾਂ ਆ ਕਿਹੜੇ ਇਹ ਕਿਹੜਾ ਜਾਈ ਅਮਨ ਪਤਾ ਨਹੀਂ ਮੈਨੂੰ ਇਹ ਕਿਹੜਾ ਹੈ ਨਾਮ ਪੜੋ ਫਲਾਈ ਪਾਸਟ ਇਧਰ ਰੀਡਰ ਨੋਮੀਨੇਸ਼ਨ ਵਿਨਿੰਗ ਕੋਕਪਿਟ ਫਲਾਈ ਪਾਸਟ ਆ ਵਾ ਮੈਕਡੋਨਲ ਨਹੀਂ ਮੈਕਡੋਨਲ ਨਹੀਂ ਆ ਵੇਖੋ ਮੈਕਡੋਨਲ ਡਗਲਸ ਫੈਂਟਮ ਕਰਕੇ ਆ ਕੁਛ ਇਹ ਕਰਾ ਫੈਂਟਮ ਸਰਵਿਸ ਮੈਨੂੰ ਤੇ ਇਹ ਵੇਖੋ ਦੇਖੋ ਵੀ ਇੰਜਨ ਦੇ ਪਾਰਟਸ ਦੇਖਣ ਨੂੰ ਮਿਲੇ ਪਹਿਲੀ ਵਾਰੀ ਨਹੀਂ ਤੇ ਕੋਈ ਨਹੀਂ ਦਿਖਾਉਂਦਾ ਠੀਕ ਹੈ ਅਗਰ ਤੁਸੀਂ ਨੈਸ਼ਨਲ ਜੀਓਗ੍ਰਾਫੀ ਜਾਂ ਡਿਸਕਵਰੀ ਤੇ ਜਾਓਗੇ ਤਾਂ ਉਹੀ ਤੁਹਾਨੂੰ ਇਹ ਪਾਰਟਸ ਦਿਖਾ ਸਕਦੇ ਨੇ ਕਿਉਂਕਿ ਉਹਨਾਂ ਕੋਲ ਪਰਮਿਸ਼ਨ ਹੁੰਦੀ ਹੈ ਪਾਰਟਸ ਦਿਖਾਉਣ ਦੀ ਅਦਰਵਾਈਜ਼ ਨੋਰਮਲ ਇਹਦੇ ਵਿੱਚ ਕੋਈ ਇੰਨਾ ਨਹੀਂ ਹੁੰਦਾ ਉਹਦੇ ਜਿਹਨੂੰ ਸਪੈਸ਼ਲੀ ਪਤਾ ਹੋਊਗਾ ਉਹੀ ਬੰਦਾ ਦਿਖਾ ਸਕਦਾ ਵਾ ਜਿਹਨੂੰ ਪਰਮਿਸ਼ਨ ਮਿਲੀ ਹੋਊਗੀ ਬਈ ਅੰਦਰ ਜਾ ਸਕਦੇ ਜੇ ਤੁਸੀਂ ਦਿਖਾ ਸਕਦੇ ਜੇ ਆਪ ਦੇਖੋ ਕਿੱਡੇ ਭਾਰੇ ਭਾਰੇ ਯਟੀ ਆ ਜਾਗੇ ਨੇ ਬਹੁਤ ਜ਼ਿਆਦਾ ਭਾਰੇ ਭਾਰੇ ਇੰਜਨ ਨੇ ਇਸ ਜਹਾਜ਼ ਦਾ ਪਾਰਟ ਪਹਿਲਾਂ ਤਾਂ ਜਹਾਜ਼ ਦੇਖ ਲਓ ਠੀਕ ਹੈ ਉੱਤੋਂ ਦੀ ਜਗ੍ਹਾ ਵਾ ਬਹਿਣ ਵਾਲੀ ਦੋ ਬੰਦਿਆਂ ਦੀ ਆਪ ਥੱਲੇ ਹੁੰਦੀ ਇੱਕ ਬੰਦਾ ਬਹਿੰਦਾ ਦੋ ਪਿੱਛੇ ਬਹਿੰਦੇ ਹੋਣਗੇ ਅੱਗੇ ਬੰਦਾ ਹੋਊਗਾ ਔਰ ਕਿੰਨੇ ਇਹਦੇ ਸਿਸਟਮ ਹੈਗੇ ਨੇ ਵੇਖੋ ਬਹੁਤ ਸਾਰੇ ਇੰਜਨ ਦੇ ਪਾਰਟਸ ਔਰ ਕਾਫੀ ਚੰਗੀ ਹਾਲਤ 'ਚ ਆ ਮਤਲਬ ਰਨਿੰਗ ਨਹੀਂ ਆ ਬਟ ਬਸ ਪਾਰਟਸ ਪਏ ਨੇ ਦੇਖੋ ਕਿੰਨਾ ਇਹਦਾ ਲੋਹਾ ਜਿਹੜਾ ਯੂਜ਼ ਹੁੰਦਾ ਹੋਊਗਾ ਉਸ ਟਾਈਮ 'ਤੇ
ਵਿਦ ਨੇਮ ਹੈ ਵੀ ਸੋਹਣਾ ਵਾ। ਹਾਂ ਹੋਰ ਕਾਫੀ ਵੱਡਾ ਵਾ, ਬਹੁਤ ਵੱਡਾ ਵਾ, ਕਾਫੀ ਵੱਡਾ ਵਾ। ਤੇ ਇੱਥੇ ਤੁਸੀਂ ਆਪਣਾ ਖਾਣ ਪੀਣ ਦਾ ਲੈ ਸਕਦੇ ਜੇ, ਠੀਕ ਹੈ। ਆ ਦੇਖੋ ਕੋਲਡ ਡਰਿੰਕਸ ਵਗੈਰਾ ਹੈਗੀਆਂ ਵਾ। ਅਤੇ ਇੱਥੇ ਥੋੜ੍ਹੀਆਂ ਲਾਈਟਸ ਹੈਗੀਆਂ, ਉਹਦੇ ਕਰਕੇ ਥੋੜ੍ਹੀ ਲਾਈਟ ਬਲਿੰਕ ਕਰਦੀ ਆ, ਬਟ ਠੀਕ ਹੈਗਾ ਵਾ, ਠੀਕ ਹੈ। ਆਹ ਚਾਹ ਕੌਫੀ, ਆਹ ਰੇਟ ਹੈਗੇ ਆ। ਲਾਈਟਸ ਹੋਣ ਦੇ ਕਰਕੇ ਇੱਥੇ ਥੋੜ੍ਹਾ ਬਲਿੰਕ ਕਰਦਾ ਵਾ, ਬਾਕੀ ਤਾਂ ਠੀਕ ਹੈ। ਇੱਥੇ ਕਾਫੀ ਵਧੀਆ ਹੈਗਾ ਵਾ, ਸਿਟਿੰਗ ਪਲੈਨ ਬਹੁਤ ਵਧੀਆ ਵਾ ਇਹਨਾਂ ਦਾ। ਬੈਠ ਜਾ, ਲਾਈਟ ਜਿਹੜੀਆਂ ਜਗਦੀਆਂ ਨਾ ਉਹਦੇ ਕਰਕੇ ਫਿਰ ਮੋਬਾਈਲ ਵੀ ਬਲਿੰਕ ਕਰਦਾ ਵਾ ਨਾਲ। ਕਿੱਥੇ ਚੱਲੇ ਜੇ? ਬਸ ਹੁਣ ਚੱਲੀਏ, ਬੈਗ ਮੈਂ ਇੱਥੇ ਰੱਖ ਗਈ ਸੀ, ਮੈਂ ਕਿਹਾ ਸਾਡੇ ਬੈਗ ਦੀ ਨਿਗਰਾਨੀ ਰੱਖਿਓ, ਕਿਉਂਕਿ ਬੈਗ ਸਾਨੂੰ ਚੁੱਕਣੇ ਪੈਣ ਦੇ ਸੀ। ਆ ਜਾ ਇੱਧਰ ਆ ਜਾ, ਉਹ ਬੰਦ ਕਰ ਦੋ। ਦੇਖੋ ਕਿੰਨਾ ਸੋਹਣਾ ਇੱਥੇ ਚਾਹ ਦਾ ਸਿਸਟਮ ਹੈਗਾ ਵਾ। ਆ ਪਾਇਆ ਨਹੀਂ ਵਿੱਚ ਚਾਹ, ਜਿਹੜੇ ਤੁਹਾਨੂੰ ਸਾਰੇ ਅਸੀਂ ਪਾਰਟ ਦਿਖਾਏ ਕੰਮ ਬੈਕ। ਮੈਨੂੰ ਤਾਂ ਅਜੀਬ ਵੀ ਬਹੁਤ ਸੋਹਣੀ ਲੱਗੀ। ਅਤੇ ਦੇਖੋ ਫਾਈਟਰ ਪਲੇਨ ਪਏ ਨੇ ਸਾਰੇ ਦੇ ਸਾਰੇ, ਇੰਜਨ ਵਗੈਰਾ। ਓਕੇ ਬਾਏ। ਤੇ ਆਪਾਂ ਬਾਹਰ ਆ ਗਏ, ਚੱਲੀਏ ਘਰਾਂ ਨੂੰ, ਹੁਣ ਦੇਖਦੇ ਹਾਂ ਅੱਗੇ। ਆ ਸਾਡੇ ਇਵੈਂਟ ਹੈਗੇ ਆ ਇੱਥੇ, ਇਹਨਾਂ ਦੱਸਿਆ ਕਿ ਇਵੈਂਟ ਹੈਗੇ ਆ, ਤੁਸੀਂ ਆ ਸਕਦੇ ਹੋ। ਓਕੇ, ਕੋਲਡ ਵਾਰ ਕੰਪਲੀਟ, 31 ਮਾਰਚ ਨੂੰ ਵੀ ਕੋਈ ਈਸਟਰ ਐਗ ਹੰਟ ਆ, ਤੇ 19 ਮਈ ਨੂੰ ਕੋਲਡ ਵਾਰ ਕੰਪਲੀਟ ਆ, ਜੁਲਾਈ ਵਿੰਗ ਵੀਲ, ਕੁਛ ਇਦਾਂ ਕਰਕੇ ਇਹਨਾਂ ਦੇ ਇਵੈਂਟ ਹੈਗੇ। ਮੈਂ ਤੁਹਾਨੂੰ ਸਾਰੇ ਰეკਮੈਂਡ ਕਰਦਾ ਕਿ ਤੁਸੀਂ ਵੀ ਇੱਥੇ ਪਹੁੰਚਿਓ। ਖਲੋਤੀ ਹੈ ਪੁਰਾਣੀ ਗੱਡੀ, ਠੀਕ ਹੈ। ਉਹ ਵੇਖੋ ਕਿੰਨੀ ਪੁਰਾਣੀ ਗੱਡੀ ਹੁੰਦੀ ਆ। ਇਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਇੱਥੇ ਲੱਗੇ ਪਿੰਡ ਆ, ਅੱਧੇ ਘੰਟੇ ਦੀ ਵਾਕ ਹੈ, ਤੁਸੀਂ ਇੱਥੋਂ ਚੱਲ ਜਿਓ। ਫਿਰ ਹੁਣ ਅਸੀਂ ਚਲੋ ਚੱਲਦੇ ਹਾਂ, ਤੁਰੇ ਚੱਲਦੇ ਹਾਂ। ਉੱਥੇ ਬੱਸ ਮਿਲਣੀ ਸਾਨੂੰ 4:05 ਤੇ, 44A ਸਾਨੂੰ ਜਿਹੜੀ ਬੱਸ ਮਿਲੇਗੀ ਉਹ 'ਚ ਅਸੀਂ ਬਹਿ ਕੇ ਅਤੇ ਫਿਰ ਵਾਪਸ ਜਾ ਸਕਦੇ ਹਾਂ। ਪਿੰਡ ਦੇਖ ਲਓ ਵੀ ਕਿੱਡਾ ਸੋਹਣਾ, ਲਾਗੇ ਖੇਤ ਹੀ ਖੇਤ, ਪੂਰੀ ਹਰਿਆਲੀ, ਮੇਰੇ ਖਿਆਲ ਕਣਕ ਬੀਜੀ ਹੋਈ ਉਹਨਾਂ ਨੇ। ਦੇਖ ਲਓ ਵੀ ਪਿੰਡਾਂ ਦੇ ਨਜ਼ਾਰੇ, UK ਆਮੰਦਰੀ ਆਉਂਦੀ ਹੁਣ। ਅਤੇ ਮੈਂ ਸਾਰਿਆਂ ਨੂੰ ਰੈਕਮੈਂਡ ਕਰਦਾ ਵਾਂ ਕਿ ਤੁਸੀਂ ਸਾਰੇ ਜਣੇ ਇੱਥੇ ਪਹੁੰਚਿਓ, ਠੀਕ ਹੈ, ਜਾਂ ਜਾਏ ਆਨੰਦ ਮਾਣਿਓ, ਕਿਉਂਕਿ ਇੱਥੇ ਉਹ ਤੁਹਾਨੂੰ ਪਹਾੜ ਵੇਖਣ ਨੂੰ ਮਿਲਣਗੇ ਜਿਹੜੇ ਤੁਹਾਨੂੰ ਕਿ ਕੋਈ ਡਿਸਕਵਰੀ ਵਾਲੇ ਵੀ ਨਹੀਂ ਦਿਖਾ ਸਕਦੇ, ਠੀਕ ਹੈ। ਉਹਨਾਂ ਨੇ ਵੀ ਤੁਹਾਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦੇਣੀ, ਬਟ ਇੱਥੇ ਤੁਹਾਨੂੰ ਉਹ ਸਾਰੇ ਪਾਰਟਸ ਦਿਖ ਜਾਣਗੇ ਕਿ ਬਈ ਜਿਹਦੇ ਨਾਲ ਸਿੰਗਲ ਜਿਹੜੀਆਂ ਪਾਈਪਸ ਜੋ ਵੀ ਕੁਛ ਹੈਗਾ ਵਾ ਉਹ ਸਾਰਾ ਕੁਝ ਤੁਹਾਨੂੰ ਦਿਖ ਜਾਏਗਾ। ਬਾਕੀ ਕੁਛ ਚੰਗਾ ਲੱਗਿਆ ਤਾਂ ਵੀ ਕਮੈਂਟ ਕਰਿਓ, ਮਾੜਾ ਲੱਗੂਗਾ ਹੋਰ ਕਿਹੜੀਆਂ ਕਿਹੜੀਆਂ ਪਲੇਸ ਨੌਰਵਿਚ ਦੇ ਵਿੱਚ ਹੈਗੀਆਂ ਨੇ ਉਹਦੀ ਕਮੈਂਟ ਜ਼ਰੂਰ ਕਰਿਓ, ਕਿ ਤੁਸੀਂ ਇੱਥੇ ਵੀ ਜਾਓ, ਇੱਥੇ ਵੀ ਜਾਓ, ਕਿ ਹਾਂ ਇੱਥੇ ਵੀ ਹੈਗੀਆਂ ਨੇ ਚੰਗੀਆਂ ਪਲੇਸ। ਹਾਂ ਕੋਈ ਕਿਤੇ ਗਿਆ ਹੋਵੇ ਤੇ ਜ਼ਰੂਰ ਸਾਨੂੰ ਰੈਕਮੈਂਡ ਕਰਿਓ, ਅਸੀਂ ਤੁਹਾਨੂੰ ਉਹ ਵੀ ਦੱਸਾਂਗੇ ਜਿੱਥੇ ਏਡੇ ਵੱਡੇ ਵੱਡੇ ਅਗਲਿਆਂ ਨੇ ਬਣਾਏ ਨੇ। ਮਤਲਬ ਕਿ ਜਿੱਦਾਂ ਆਪਾਂ ਕੁਰਿਆ ਤੇ ਨਹੀਂ ਰਹਿੰਦੇ, ਤੇ ਜਗ੍ਹਾ ਖੁੱਲੀ ਆ ਤੇ ਅੰਦਰ ਇੱਕ ਛੋਟਾ ਜਿਹਾ ਘਰ ਬਣਾਇਆ ਵਾ, ਲੇਕਿਨ ਇਹਨਾਂ ਦਾ ਗਾਰਡਨ ਬਹੁਤ ਵਧੀਆ ਵਾ। ਘਰ ਵੇਖੋ ਕਿੱਡੇ ਸੋਹਣੇ ਹੈਗੇ ਯੂਕੇ, ਘਰਾਂ ਨੂੰ ਦੇਖ ਕੇ ਜ਼ਰੂਰ ਖੁਸ਼ ਹੁੰਦੀ ਹੈ, ਨਵੇਂ ਘਰ ਬਣੇ ਜਿੱਦਾਂ ਜਿੱਦਾਂ। ਮਤਲਬ ਇਹ ਪੀਸਫੁਲ ਜਗ੍ਹਾ, ਬਿਲਕੁਲ ਪੀਸਫੁਲ, ਸ਼ਾਂਤਮਈ ਮਾਹੌਲ, ਸ਼ਾਂਤ ਮਾਹੌਲ। ਅਸੀਂ ਵੀ ਸਾਨੂੰ ਇੱਧਰ ਪਹਿਲਾਂ ਹੀ ਉਰੇ ਮੌਕਾ ਮਿਲਿਆ ਨਹੀਂ, ਤਾਂ ਸਿਟੀ 'ਚ ਹੀ ਜ਼ਿਆਦਾਤਰ ਘੁੰਮੀਦਾ ਵਾ, ਸਿਟੀ ਤੋਂ ਬਾਹਰ ਆਵਾਂਗੇ ਤਾਂ ਫਿਰ ਤਾਂ ਜਾਂਦਾ ਆ ਜਾਣਾ ਸੀ ਗੱਡੀਆਂ ਉੱਧਰ ਨੂੰ, ਫਿਰ ਇੱਧਰ ਨੂੰ ਆਉਣਾ। ਬੜੇ ਸੋਹਣੇ ਆ, ਸੇਮ ਸੇਮ ਹੀ ਘਰ ਬਣੇ ਨੇ, ਥੋੜ੍ਹੇ ਬਹੁਤੇ ਦਾ ਫਰਕ ਹੈਗਾ ਬਾਹਰ ਗੱਡੀ ਲਾਉਣ ਤੋਂ। ਪਾਰਕਿੰਗ ਸ਼ਟਰ ਹੈ ਵੀ ਆਟੋਮੈਟਿਕ ਲੱਗਦੇ ਇਹਦੇ ਮੈਨੂੰ, ਮੇਬੀ ਕੋਈ ਖੁੱਲਣ ਖੁੱਲਣ ਵਾਲਾ ਤਾਂ ਕੋਈ ਹੈ ਨਹੀਂ ਇੱਥੇ ਜਗ੍ਹਾ। ਇਹ ਸਾਈਡ ਹੈ ਸ਼ੇਰ ਦਾ, ਕਣਕ ਕਣਕ ਬੀਜੀ ਹੈ ਦਾ, ਧੁੱਪਾਂ 'ਚ ਮਹਾਂ ਹੀ ਚੜ੍ਹੀ ਆ। ਓਲਡ ਨੌਰਵਿਚ ਰੋਡ,
ਚਲੋ ਜੀ ਹੁਣ ਉੱਥੋਂ ਅੱਧੇ ਘੰਟੇ ਦੀ ਵਾਕ ਹੈਗੀ ਸੀ, ਉੱਥੋਂ ਤੁਰ ਕੇ ਤੇ ਅਸੀਂ ਆ ਪਿੰਡ 'ਚ ਆ ਗਏ ਹਾਂ। ਇੱਥੇ ਬੱਸ ਸਟੋਪ ਹੈਗਾ ਹੈ ਅਤੇ ਇੱਥੇ ਜੇਕਰ ਤੁਸੀਂ ਆਉਣਾ ਹੈ ਨਾ ਤਾਂ 43 and 44 A ਬੱਸ ਲੈ ਕੇ ਇੱਥੇ ਆ ਸਕਦੇ ਹੋ, ਉੱਥੋਂ ਫਿਰ ਅੱਧੇ ਘੰਟੇ ਦੀ ਵਾਕ ਹੈ, ਤੁਸੀਂ ਜਾ ਸਕਦੇ ਹੋ। ਪਲੀਜ਼ ਉਹ ਵਾਲਾ ਰੂਟ ਨੂੰ ਫੋਲੋ ਕਰਿਓ, 21 ਨੰਬਰ ਵਾਲਾ ਹੈ, ਉਹ ਨਾ ਰੂਟ ਫੋਲੋ ਕਰਿਓ, ਉਹ ਸਹੀ ਨਹੀਂ ਹੈਗਾ, ਸਹੀ ਨਹੀਂ ਹੈਗਾ। ਇਹੀ ਰੂਟ ਸਹੀ ਹੈਗਾ ਵਾ, ਤੁਸੀਂ ਆਖੋ ਟਾਈਮਿੰਗ ਦੇਖ ਲਓ ਤੇ ਟਾਈਮਿੰਗ ਦੇ ਵਿੱਚ ਆਪਾਂ ਆ ਸਟੋਪੇ ਜਾਣਾ ਵਾ ਬਸ। ਹਾਂ ਤੇ ਇਹ ਚਰਚ ਦੇ ਓਪੋਜ਼ਿਟ ਹੈ, ਚਰਚ ਦੇ ਓਪੋਜ਼ਿਟ ਇੱਥੇ ਉਤਾਰਨਾ ਹੈ ਤੁਹਾਨੂੰ। ਚਰਚ ਆਓ ਵੇਖੋ, ਚਰਚ ਆ, ਚਰਚ ਚਰਚ ਸਾਰੀਆਂ ਇੱਥੇ ਇੱਕੋ ਜਿਹੀਆਂ ਹੀ ਆ ਨਾ ਹੈਪੀ, ਇੱਕੋ ਜਿਹੀਆਂ ਹੀ ਆਲਮੋਸਟ। ਹਾਂ ਚਰਚ ਦੇ ਓਪੋਜ਼ਿਟ ਉਤਾਰਨਾ ਹੈ, ਜਿੱਥੋਂ ਤੁਸੀਂ ਬਸ ਅੱਧੇ ਘੰਟੇ ਦੀ ਵਾਕ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਐਵੀਏਸ਼ਨ ਮਿਊਜ਼ੀਅਮ ਤੇ। ਗੱਡੀ ਦੇ ਉੱਤੇ ਬਹੁਤ ਵਧੀਆ ਸੀ, ਗੱਡੀ ਦੇ ਉੱਤੇ ਆ ਸਕਦਾ। ਹੁਣ ਚਲੋ ਆ ਗਏ, ਹੁਣ ਆਪਾਂ ਹੁਣ ਬੱਸ ਦੀ ਵੇਟ ਕਰ ਰਹੇ ਹਾਂ ਤੇ ਫਿਰ ਚੱਲ ਜਾਂਗੇ। ਓਕੇ ਬਾਏ ਬਾਏ। ਇਹਦੇ ਵਿੱਚ ਅਸੀਂ ਚੜਾਂਗੇ, ਦੋ ਦੋ ਪੌਂਡ ਦੇ ਕੇ ਉਹਨੂੰ ਖਿਲਾਰੋ।